ਸੈਕਟਰੀ ਵਿਨੈਪ੍ਰੀਤ ਕੌਰ ਹਾਂ। ਅੱਜ ਅਸੀਂ ਕ੍ਰੀਏਟਿਵ ਲੇਡੀਜ਼ ਕਲੱਬ ਵਿੱਚ ਤੀਜ ਦਾ ਤਿਉਹਾਰ ਮਨਾਉਂਦੇ ਹਾਂ। ਜਿਵੇਂ ਕਿ ਅਸੀਂ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਮਨਾਉਂਦੇ ਹਾਂ, ਇਸ ਵਾਰ ਸਾਵਣ ਦੇ ਮਹੀਨੇ ਤੀਜ ਦਾ ਤਿਉਹਾਰ ਤੀਆਂ ਲਈ ਬਹੁਤ ਇੰਪੋਰਟੈਂਟ ਹੈ ਅਤੇ ਸਾਡਾ ਲੇਡੀਜ਼ ਕਲੱਬ ਹੈ, ਇਸ ਲਈ ਸਾਡੇ ਲਈ ਤਾਂ ਓਬਵੀਅਸਲੀ ਇੰਪੋਰਟੈਂਟ ਹੈ ਹੀ। ਇਹਦੇ ਵਿੱਚ ਅਸੀਂ ਡਾਂਸ ਪ੍ਰੋਗਰਾਮ 45 ਈਅਰਸ ਤੋਂ ਅਬਾਊਟ ਲੇਡੀਜ਼ ਦਾ ਰੱਖਿਆ ਹੈ। ਉਸਦੇ ਨਾਲ ਮੈਂ ਇੱਕ ਸੋਲੋ ਪਰਫੋਰਮੈਂਸ ਦੇ ਰਹੀ ਹਾਂ। ਜਿਹੜੇ ਸੌਂਗਸ ਅਸੀਂ ਚੂਜ਼ ਕੀਤੇ ਨੇ ਤੀਆਂ 'ਤੇ ਰਿਲੇਟਿਡ ਹੀ ਹਨ। ਅਸੀਂ ਦੱਸਣਾ ਚਾਹਿਆ ਹੈ ਕਿ ਕੀ ਤੀਜ ਇੰਪੋਰਟੈਂਟ ਹੈ ਹਰਿਆਲੀ ਲਈ। ਤੀਜ ਦਾ ਤਿਉਹਾਰ ਹੀ ਨਹੀਂ, ਇਸ ਵੇਲੇ ਹਰ ਵੇਲੇ ਹਰਿਆਲੀ, ਹਰ ਪਾਸੇ ਹਰਿਆਲੀ ਹੀ ਹਰਿਆਲੀ ਹੁੰਦੀ ਹੈ। ਸਿਰਫ ਤੀਜ ਦਾ ਤਿਉਹਾਰ ਹੀ ਇੰਪੋਰਟੈਂਟ ਨਹੀਂ ਹਰਿਆਲੀ ਲਈ, ਸਾਨੂੰ ਸਾਰਾ ਸਾਲ ਪੇੜ ਲਗਾਉਣੇ ਚਾਹੀਦੇ ਹਨ। ਆਪਣੇ ਇਸ ਮੋਟਿਵ ਨੂੰ ਅਸੀਂ ਅੱਗੇ ਲਿਜਾਣ ਲਈ ਇੱਥੇ ਪਲਾਂਟ ਡਿਸਟ੍ਰੀਬਿਊਸ਼ਨ ਕਰ ਰਹੇ ਹਾਂ। ਅਸੀਂ ਰਿਕੁਐਸਟ ਕੀਤੀ ਆਪਣੇ ਸਾਰੇ ਮੈਂਬਰਸ ਨੂੰ ਕਿ ਉਹ ਪਲਾਂਟਸ ਲਗਾਉਣ ਅਤੇ ਘਰ ਜਾ ਕੇ ਸਾਨੂੰ ਆਪਣੀਆਂ ਫੋਟੋਆਂ ਵਟਸਐਪ ਕਰਨ ਤਾਂ ਕਿ ਅਸੀਂ ਬਾਕੀਆਂ ਨੂੰ ਵੀ ਇਨਕਰੇਜ ਕਰ ਸਕੀਏ ਪਲਾਂਟੇਸ਼ਨ ਵਾਸਤੇ। ਮੋਰਓਵਰ ਇੱਥੇ ਅਸੀਂ ਸਟਾਰ ਅਕੈਡਮੀ ਵਾਲਿਆਂ ਨੂੰ ਬੁਲਾਇਆ ਹੈ, ਜਿਹੜੇ ਕਿ ਕੰਪਲੀਮੈਂਟਰੀ ਮੇਕਅਪ ਕਰ ਰਹੇ ਹਨ ਅਤੇ ਬਹੁਤ ਹੀ ਅੱਛਾ ਉਹਨਾਂ ਨੇ ਬੜੇ ਹੀ ਅੱਛੇ ਤਰੀਕੇ ਨਾਲ ਲੇਡੀਜ਼ ਨੂੰ ਤਿਆਰ ਕੀਤਾ ਹੈ, ਹੇਅਰ ਦੇ ਨਾਲ ਨਾਲ ਮੇਕਅਪ ਵੀ ਕੀਤਾ ਹੈ ਅਤੇ ਸਾਨੂੰ ਸਭ ਨੂੰ ਸਮਰ ਮੇਕਅਪ ਦੀਆਂ ਟਿਪਸ ਵੀ ਦਿੱਤੀਆਂ ਹਨ। ਥੈਂਕ ਯੂ। ਕ੍ਰੀਏਟਿਵ ਲੇਡੀਜ਼ ਕਲੱਬ ਕੀ ਤਰਫ ਸੇ ਅੱਜ ਸਾਵਣ ਸੈਲੀਬ੍ਰੇਸ਼ਨ ਚੱਲ ਰਿਹਾ ਹੈ, ਜਿਸ ਕੇ ਅੰਦਰ ਤੀਜ ਕੇ ਹਿਸਾਬ ਸੇ ਸਭ ਲੋਕ ਆਪਣੇ ਫਲਾਵਰ ਜਵੈਲਰੀ ਕੇ ਸਾਥ ਸਜ ਧਜ ਕੇ ਆਈ ਹੈ ਆਪਣੇ ਸਾਜਨ ਕੇ ਲੀਏ। ਔਰ ਇਸ ਕੇ ਅੰਦਰ ਆਜ ਰੰਗਾ ਰੰਗ ਕਾਰਜਕ੍ਰਮ ਹੋ ਰਿਹਾ ਹੈ, ਹਮਾਰੇ ਕਲੱਬ ਕੇ ਮੈਂਬਰਸ ਹੀ ਗਰੁੱਪ ਡਾਂਸ ਇਸ ਕੇ ਅੰਦਰ ਪੇਸ਼ ਕਰ ਰਹੇ ਹੈ ਜੋ ਕਿ ਸਾਵਣ ਕੇ ਉੱਪਰ ਹੀ ਰਿਲੇਟਿਡ ਹੈ। ਔਰ ਸਾਥ ਮੇਂ ਤੰਬੋਲਾ ਐਂਡ ਫਨ ਗੇਮਸ। ਔਰ ਇੱਕ ਸਭਸੇ ਬੜੀ ਬਾਤ ਜੋ ਹਮ ਲੋਕ ਆਜ ਨੀਡ ਹੈ ਇਸ ਟਾਈਮ ਕੀ, ਕਿ ਪਲਾਂਟਸ ਹਮ ਲੋਕ ਜ਼ਿਆਦਾ ਲਗਾਏ, ਤੋ ਉਸਕੇ ਹਿਸਾਬ ਸੇ ਆਜ ਯਹਾਂ ਪੇ ਇੱਕ ਐਨ ਜੀ ਓ ਆਏ ਹੈ ਜਿਨ੍ਹਾਂ ਨੇ ਕਿ ਪਲਾਂਟਸ ਦੀਏ ਜੋ ਸਭ ਮੈਂਬਰਸ ਕੋ ਇੱਕ ਇੱਕ ਪਲਾਂਟ ਦੇਂਗੇ ਤਾਂ ਕਿ ਉਹ ਪਾਣੀ ਕੋ ਸੇਵ ਕੀਆ ਜਾ ਸਕੇ ਔਰ ਇਸ ਅਰਥ ਕੋ ਬਚਾਇਆ ਜਾ ਸਕੇ, ਐਨਵਾਇਰਮੈਂਟਲ ਫਰੈਂਡਲੀ ਬਣਾਇਆ ਜਾ ਸਕੇ, ਤਾਂ ਕਿ ਹਮਾਰੀ ਜੋ ਆਨੇ ਵਾਲੀ ਜਨਰੇਸ਼ਨ ਹੈ ਉਨਕੋ ਹਮ ਲੋਕ ਕੁਛ ਫਾਇਦਾ ਕਰ ਸਕੇ। ਜੈਸੇ ਸਭ ਕੋ ਮਾਲੂਮ ਹੈ ਕਿ ਪਾਣੀ ਜਾ ਰਿਹਾ ਹੈ, ਇਸ ਸਮੇਂ ਪਾਣੀ ਕਾ ਲੈਵਲ ਬਹੁਤ ਕਮ ਹੋ ਰਿਹਾ ਹੈ ਪੰਜਾਬ ਕੇ ਅੰਦਰ ਵੀ, ਤੋ ਸੇਵ ਵਾਟਰ ਕੇ ਹਿਸਾਬ ਸੇ ਆਜ ਹਮਨੇ ਇਹ ਪਲਾਂਟ ਡਿਸਟ੍ਰੀਬਿਊਸ਼ਨ ਰੱਖਾ ਹੈ। ਥੈਂਕ ਯੂ ਸੋ ਮਚ। ਗੁੱਡ ਆਫਟਰਨੂਨ, ਮਾਈ ਨੇਮ ਇਜ਼ ਰਾਜ ਐਂਡ ਸ਼ੀ ਇਜ਼ ਤਨੂ। ਆਈ ਐਮ ਆ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਫਰੋਮ ਦਿੱਲੀ ਐਂਡ ਸ਼ੀ ਇਜ਼ ਅ ਪ੍ਰੋਫੈਸ਼ਨਲ ਹੇਅਰ ਸਟਾਈਲਿਸਟ ਫਰੋਮ ਦਿੱਲੀ। ਆਰ ਅਕੈਡਮੀ ਨੇਮ ਇਜ਼ ਆਸ਼ਮਿਨ ਮੁੰਜਾਲ ਸਟਾਰ ਅਕੈਡਮੀ ਐਂਡ ਵੀ ਆਰ ਹੇਅਰ ਟੂਡੇ ਫੋਰ ਕ੍ਰੀਏਟਿਵ ਲੇਡੀਜ਼ ਕਲੱਬ ਫੋਰ ਆ ਪੇਡ ਮਾਟ ਵੀ ਆਰ ਫੋਰ ਮੇਕਅਪਸ ਐਂਡ ਹੇਅਰਸ ਐਂਡ ਦਿਸ ਇਜ਼ ਅ ਵੈਰੀ ਨਾਈਸ ਪਲੇਸ, ਵੀ ਲਾਈਕ ਦ ਪਲੇਸ ਵੈਰੀ ਮਚ ਐਂਡ ਆਰ ਵੀ ਹੈਵ ਸਿਕਸ ਅਕੈਡਮੀਜ਼ ਇਨ ਦਿੱਲੀ ਐਂਡ ਨਾਓ ਵੀ ਹੈਵ ਸ਼ਿਫਟਿਡ ਟੂ ਲੁਧਿਆਣਾ ਐਂਡ ਵੀ ਹੈਵ ਅ ਵਨ ਬ੍ਰਾਂਚ ਇਨ ਫਾਊਂਟੇਨ ਚੌਕ ਐਂਡ ਵੀ ਆਰ ਪਲਾਨਿੰਗ ਟੂ ਐਕਸਪੈਂਡ ਹੇਅਰ ਐਸ ਵੈਰੀ ਸੂਨ। ਥੈਂਕ ਯੂ ਸੋ ਮਚ।